ਗੱਲਬਾਤ ਹੋ ਜਾਂਦੀ ਹੈ। ਠੀਕ ਹੈ ਜੀ। ਅਤੇ ਜਦੋਂ ਅਸੀਂ ਇੱਥੇ ਆਏ ਸੀਗੇ ਬਈ ਸਾਨੂੰ ਇੱਥੇ ਆਉਣ ਦਾ ਖਰਚਾ ਸਿਰਫ 25-30 ਹਜ਼ਾਰ ਰੁਪਈਆ ਖਰਚਾ ਸਿਰਫ ਪਰ ਚੱਕਰ ਇਹ ਆ ਵੀ ਇੱਥੇ ਗੱਡੀ ਤਿਲਕਦੀ ਬਹੁਤ ਆ, ਕੋਈ ਚੱਕਰ ਨੀ, ਹੋ ਗਈ ਜਾਂ ਕੁਝ ਇਦਾਂ ਕੋਈ ਗਮ ਹੋ ਗਿਆ ਭਾਈ, ਨਾ ਸਾਨੂੰ ਇੰਸ਼ੋਰੈਂਸ ਦਾ, ਨਾ ਕੱਲ ਨੂੰ ਬੰਦਾ ਐਕਸਪਾਇਰ ਹੋ ਜੇ ਸਾਨੂੰ, ਅਸੀਂ ਇੱਥੇ ਡਰੇ ਪਏ ਆ ਵੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਉਜ਼ਬੇਕਿਸਤਾਨ ਇੰਟਰ ਇੰਜੀਨੀਅਰਿੰਗ ਕੰਪਨੀ ਦੇ ਵਿੱਚ ਅੱਜ ਤੋਂ 4-5 ਮਹੀਨੇ ਪਹਿਲਾਂ ਗਏ ਸੀ, ਅਤੇ ਕੰਪਨੀ ਦੇ ਏਜੰਟਾਂ ਨੇ ਸਾਨੂੰ ਓਵਰ ਟਾਈਮ ਦੱਸਿਆ, $450 ਤਨਖਾਹ ਦੱਸੀ ਆ, ਅਤੇ ਜਦਕਿ ਓਵਰ ਟਾਈਮ ਵਗੈਰਾ ਕੁਛ ਨਹੀਂ ਮਿਲਦਾ, 8 ਘੰਟੇ ਡਿਊਟੀ ਬੋਲੀ ਸੀ, ਅਤੇ 13-14 ਘੰਟੇ ਡਿਊਟੀ ਕਰਦੇ ਪਏ ਅਸੀਂ, ਅਤੇ ਕੋਈ ਕੰਪਨੀ ਕੋਈ ਇੰਸ਼ੋਰੈਂਸ ਨਹੀਂ ਦੇ ਰਹੀ। ਜੇ ਬੰਦੇ ਨੂੰ ਕੋਈ ਅਭੀਨਵੀ ਹੋ ਜਾਂਦੀ ਆ, ਜੇ ਕੋਈ ਗੱਡੀ ਦਾ ਨੁਕਸਾਨ ਹੋ ਜਾਂਦਾ, ਉਹ ਵੀ ਸਾਨੂੰ ਕਹਿੰਦੇ ਵੀ ਤੁਹਾਨੂੰ ਭਰਨਾ ਪਏਗਾ। ਸੋ ਜਿਹੜੇ ਵੀਰ ਆਉਣਾ ਚਾਹੁੰਦੇ ਨੇ, ਡਰਾਈਵਰ ਆ ਜਾਂ ਆਪਰੇਟਰ ਆ ਜਾਂ ਕੋਈ ਵੀ ਆ, ਉਹ ਮੇਰਾ ਵੀਰ ਬੜਾ ਹੀ ਸੋਚ ਸਮਝ ਕੇ ਆਓ ਇੱਥੇ, ਇਹਦੇ ਨਾਲੋਂ ਗਲਫ ਚਲੇ ਜਾਓ। ਗਲਫ ਫਿਰ ਵੀ ਬੰਦੇ ਦੀ ਕੇਅਰ ਕਰਦੇ ਨੇ, ਇੰਸ਼ੋਰੈਂਸ ਦਿੰਦੇ ਨੇ, ਕੋਈ ਗੱਲਬਾਤ ਹੋ ਜਾਂਦੀ ਹੈ। ਠੀਕ ਹੈ ਜੀ। ਅਤੇ ਜਦੋਂ ਅਸੀਂ ਇੱਥੇ ਆਏ ਸੀਗੇ ਬਈ ਸਾਨੂੰ ਇੱਥੇ ਆਉਣ ਦਾ ਖਰਚਾ ਸਿਰਫ 25-30 ਹਜ਼ਾਰ ਰੁਪਈਆ ਖਰਚਾ ਸਿਰਫ, ਤੇ ਸਾਡੇ ਏਜੰਟ ਸਾਡੇ ਕੋਲ ਉੱਥੇ 1.5 ਲੱਖ ਰੁਪਇਆ ਲੈ ਰਹੇ ਆ। ਸਰਕਾਰੀ ਪ੍ਰੋਜੈਕਟ ਆ, ਸਰਕਾਰੀ ਪ੍ਰੋਜੈਕਟ ਆ। ਠੀਕ ਆ, ਇੱਥੇ ਬਈ ਇੱਥੇ ਇੰਨਾ ਖਰਚਾ ਨਹੀਂ ਆਉਂਦਾ ਹੈ। ਟਿਕਟ ਵੀ ਫ੍ਰੀ ਆ, ਵੀਜ਼ਾ ਵੀ ਫ੍ਰੀ ਆ, ਵੀਜ਼ਾ ਵੀ ਫ੍ਰੀ ਆ। ਠੀਕ ਆ ਜੀ। ਤੁਸੀਂ ਜੇ ਤੁਸੀਂ ਆਉਣਾ ਚਾਹੁੰਦੇ ਆ, ਚਲੋ ਤੁਹਾਡੀ ਮਰਜ਼ੀ, ਆਪਾਂ ਕਿਸੇ ਰੋਕਦੇ ਨਹੀਂ ਹੋ। ਸਹੀ ਗੱਲ ਆ, ਸੋਚ ਸਮਝ ਕੇ ਆਓ ਵੀ ਭਾ ਮੇਰੇ ਵੀ ਏਜੰਟਾਂ ਨੂੰ ਪੈਸੇ ਇੰਨੇ ਦੇ ਕੇ ਨਾ ਆਓ, ਇੰਨੇ ਦੇ ਕੇ ਨਾ ਆਓ। ਅਸੀਂ ਤਾਂ ਚਲੋ ਇੱਥੇ ਹੁਣ ਜਿੱਦਾਂ ਵੀ ਚਲੋ, ਮੰਨ ਲਓ ਜੇ ਤੁਸੀਂ ਫਸੇ ਪਏ ਇੱਥੇ, ਹਸ ਪਏ, ਮੰਨ ਲਓ ਤੁਸੀਂ 25-30 ਹਜ਼ਾਰ ਲਾ ਕੇ ਵੀ ਆਉਂਦੇ ਜੇ, ਤੁਹਾਨੂੰ ਦੁੱਖ ਨਹੀਂ ਲੱਗਦਾ? ਤਾਂ ਦੁੱਖ ਨਹੀਂ ਲੱਗਦਾ। ਫਿਰ ਵਾਪਸੀ ਟਾਈਮ ਕੋਲ 25-30 ਹਜ਼ਾਰ ਦੀ ਟਿਕਟ, ਟਿਕਟ ਵੀ ਮਹਿੰਗੀ ਆ। ਇਸ ਟਾਈਮ ਤੁਸੀਂ ਨੈੱਟ ਤੇ ਕੱਢ ਕੇ ਦੇਖੋ, ਟਿਕਟ ਹੋਈ ਪਈ ਆ, ਕਿਉਂਕਿ ਇੰਟਰਨੈਟ ਦਾ ਜ਼ਮਾਨਾ ਵਾ, ਕੱਢ ਕੇ ਦੇਖੋ ਨੈੱਟ ਤੇ, 40-40 ਹਜ਼ਾਰ ਦੀ, 45-45 ਹਜ਼ਾਰ ਦੀ ਟਿਕਟ ਆ, ਟਿਕਟ ਹੋਈ ਪਈ ਆ। ਤੇ ਫਿਰ ਵੀ ਬੰਦਾ ਜਾਣੀ ਕਿ ਮਤਲਬ ਲੱਖ ਦੇ ਥੱਲੇ ਕਰਜ਼ੇ ਥੱਲੇ ਆ ਜਾਂਦਾ ਜੇ 25-30 ਹਜ਼ਾਰ ਚਾਹੁੰਦਾ। ਬਾਕੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹਨਾਂ ਨੇ ਕੰਪਨੀ ਨੇ ਬੰਦੇ ਦੀ ਇੰਸ਼ੋਰੈਂਸ ਨਹੀਂ ਦਿੱਤੀ ਹੈ। ਗੱਡੀ ਤੁਸੀਂ ਚਲਾਣੀ ਆ ਪਹਾੜੀ ਦੇ ਵਿੱਚ, ਗੱਡੀ ਚਲਾਣੀ ਆ, ਗੱਡੀ ਦਾ ਕੁਝ ਖੁੱਲ ਜਾਂਦਾ, ਕੁਝ ਸਮਾਨ ਡਿੱਗ ਜਾਂਦਾ, ਤੁਹਾਨੂੰ ਨਹੀਂ ਮਿਲਦਾ, ਉਹ ਤੁਹਾਨੂੰ ਆਪ ਲਿਆ ਕੇ ਪਾਣਾ ਪੈਣਾ। ਆਪਣੀ ਜਿਹੜੀ ਤੁਹਾਡੀ $450 ਤਨਖਾਹ ਬਣੀ ਉਹਦੇ ਵਿੱਚੋਂ ਲੈ ਕੇ ਆਉਣਾ ਪੈਣਾ। ਤੇ ਨਾਲੇ ਇੱਕ ਗੱਲ ਇਹ ਆ ਵੀ ਮੜਾ ਦਿਖਾ ਦੇ ਭਾਈ, ਮੜਾ ਬਾਹਰ ਲੱਗ ਜਾਵੇ, ਟੁੱਟ ਭੱਜ ਹੋ ਜਾਵੇ, ਤੇ ਉਹ ਵਿੱਚ ਜੋ ਵੀ ਟੁੱਟ ਭੱਜ ਹੁੰਦੀ ਤੁਹਾਡੇ ਕੋਲ ਕਿਤੇ ਲੱਗਦੀ, ਜਾਂ ਕੋਈ ਦੂਆ ਗਲਤੀ, ਤੁਹਾਡੀ ਗਲਤੀ ਨਹੀਂ ਹੈਗੀ, ਦੂਜਾ ਵੀ ਮਾਰ ਦਿੰਦਾ ਗਲਤੀ ਗਲਤੀ ਨਾ, ਹਨਾ, ਜਿਹੜਾ ਵੀ ਕੋਈ ਬੰਦਾ ਆਉਣਾ ਚਾਹੁੰਦਾ, ਜੇ ਉਹਦਾ ਕੋਈ ਇੱਥੇ ਭੈਣ ਭਰਾ ਹੈਗਾ ਕੋਈ ਪਹਿਲਾਂ, ਉਹਨਾਂ ਚੰਗੀ ਤਰ੍ਹਾਂ ਕਨਫਰਮ ਕਰਕੇ ਫਿਰ ਆਵੇ ਭਾਈ ਕਿੱਦਾਂ ਇੱਥੇ ਫਾਇਦਾ ਹੈਗਾ ਜਾਂ ਨਹੀਂ ਹੈਗਾ। ਪਰ ਅਸੀਂ ਤੇ ਵੀਰ ਫਸੇ ਪਏ ਜੇ, ਤੇ ਤੁਸੀਂ ਨਾ ਮੇਰਾ ਵੀਰ ਫਸਿਓ। ਏਜੰਟ ਬੜਾ ਕੁਛ ਬੋਲਦੇ, ਜੇ ਤੁਹਾਨੂੰ ਓਵਰ ਟਾਈਮ ਮਿਲੇਗਾ ਤੁਹਾਡਾ 50-60 ਹਜ਼ਾਰ ਬਣੇਗਾ, ਝੂਠ ਆ। ਅੰਦਰ ਅੰਦਰ ਦਾ ਕੰਮ ਆ, ਬੇਸ਼ੱਕ ਅੰਦਰ ਅੰਦਰ ਦਾ ਕੰਮ ਆ, ਪਰ ਹੁਣ ਇੱਥੇ ਬੰਦਾ ਕਿ 450 ਦੇ ਵਿੱਚ ਕਿ ਤੁਸੀਂ ਕਨੈਕਟ ਕਰ ਲਓ, ਮਤਲਬ 82-83 ਰੁਪਈਆ ਡਾਲਰ ਦੇ ਹਿਸਾਬ ਨਾਲ ਕਿੰਨੇ ਪੈਸੇ ਪਾਉਂਦੇ ਆ। ਸਿਮ ਖਰਚਾ ਵੀ ਆਪਣਾ, ਸਿਮ ਖਰਚਾ ਵੀ ਆਪਣਾ, ਗੈਸ ਵਾਲੀਆਂ ਗੱਡੀਆਂ ਜਿਵੇਂ ਪਰ ਚੱਕਰ ਇਹ ਆ ਵੀ ਇੱਥੇ ਗੱਡੀ ਤਿਲਕਦੀ ਬਹੁਤ ਆ, ਕੋਈ ਚੱਕਰ ਨੀ, ਹੋ ਗਈ ਜਾਂ ਕੁਝ ਇਦਾਂ ਕੋਈ ਗਮ ਹੋ ਗਿਆ ਭਾਈ, ਨਾ ਸਾਨੂੰ ਇੰਸ਼ੋਰੈਂਸ ਦਾ, ਨਾ ਕੱਲ ਨੂੰ ਬੰਦਾ ਐਕਸਪਾਇਰ ਹੋ ਜੇ ਸਾਨੂੰ, ਹੁਣ ਵਾਪਸ ਮੇਰਾ ਘੱਲਣ ਜਾ ਰਹੇ। ਠੀਕ ਹੈ, ਅਸੀਂ ਇੱਥੇ ਹੁਣ ਡਰੇ ਪਏ ਆ ਵੀ ਸਾਨੂੰ ਵਾਪਸ, ਅਸੀਂ ਆਪਸ ਲੱਗੇ ਅਸੀਂ ਵਾਪਸ, ਬਿਲਕੁਲ ਠੀਕ ਆ, ਬੰਦੇ ਬਹੁਤ ਆਏ ਸੀਗੇ, ਕਾਫੀ ਮੁੰਡੇ ਚੱਲ ਗਏ ਵਾਪਸ ਇੱਥੋਂ। ਇਸੇ ਕਰੀ ਬੇਨਤੀ ਉਹ ਆ ਵੀ ਭਾਈ ਆਉਣਾ ਚਾਹੁੰਦੇ ਹੋ, ਸੋਚ ਸਮਝ ਕੇ ਆਓ, ਸਮਝ ਕੇ ਆਓ, ਹਾਂ, ਬਸ, ਕਿਉਂਕਿ ਗਲਫ ਦੇ ਵਿੱਚ ਤੇ ਆਮ ਸਾਰਿਆਂ ਨੂੰ ਪਤਾ ਹੁੰਦਾ ਕੀ ਹੁੰਦਾ ਵਾ, ਬਿਲਕੁਲ, ਤੇ ਇੱਥੋਂ ਤੱਕ ਕਿਸੇ ਨੂੰ ਮੁਲਕ ਦਾ ਕੋਈ ਭੇਦ ਨਹੀਂ ਜੇ ਅਸੀਂ ਫਸ ਗਏ ਜੇ, ਹੁਣ ਤਾਂ ਤੇ ਬਾਕੀ ਆ ਕੇ ਤੁਹਾਡੇ ਨਾਲ ਫਿਰ ਅਸੀਂ ਵੀਡੀਓ ਸ਼ੇਅਰ ਕਰਾਂਗੇ ਵੀ ਅਸੀਂ ਆ ਜੰਟ ਆਏ ਆ, ਤੇ ਉਹ ਜੰਟ ਤੇ ਅਸੀਂ ਹੁਣ ਬਣਦੀ ਕਾਰਵਾਈ ਕਰਾਂਗੇ, ਉਹਨਾਂ ਸਾਡੀ ਗੱਲ ਵੀ ਹੋਈ ਆ, ਬਿਲਕੁਲ,
ਤੇ ਅਸੀਂ ਜੇ ਸਾਡੇ ਪੈਸੇ ਮੋੜੇਗਾ ਠੀਕ ਹੈ, ਨਹੀਂ ਮੋੜੇਗਾ ਤਾਂ ਅਸੀਂ ਉੱਥੇ ਬੰਦੀ ਕਾਰਵਾਈ ਕਰਾਂਗੇ। ਸੋ ਵੀਰਾਂ ਨੂੰ ਬੇਨਤੀ ਆ ਭਾਈ ਸੋਚ ਸਮਝ ਕੇ ਸਮਝ ਕੇ ਆਓ ਇੱਥੇ, ਕੋਈ ਫਾਇਦਾ ਨਹੀਂ, ਕੋਈ ਫਾਇਦਾ ਨਹੀਂ ਆਉਂਦਾ ਇੱਥੇ ਉੱਦਾਂ, ਇਹ ਤਾਂ ਗੱਲ ਪੱਕੀ ਆ। ਅਸੀਂ ਚਾਰ ਮਹੀਨੇ ਆਪਾਂ ਦੇਖਿਆ, ਸਾਨੂੰ ਪਤਾ ਆਪਾਂ ਕਿੱਡੇ ਚਾਰ ਮਹੀਨੇ ਕੱਢੇ ਠੀਕ ਆ ਜੀ। ਚਲੋ ਠੀਕ ਹੈ, ਧੰਨਵਾਦ ਜੀ, ਓਕੇ।